D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਸੁਖਵੀਰ ਸਿੰਘ ਇਸ ਵੇਲੇ ਦੀ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬਾਦਲ ਪਰਿਵਾਰ ਨੂੰ ਜਿਹੜਾ ਸੁਪਰੀਮ ਕੋਰਟ ਦੇ ਵੱਲੋਂ ਇੱਕ ਰਾਤ ਮਿਲੀ ਹੈ ਦੌਰੇ ਸੰਵਿਧਾਨ ਉੱਤੇ ਜਿਹੜਾ ਕੇਸ ਚੱਲ ਰਿਹਾ ਸੀ ਉਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਇਸ ਪੂਰੇ ਮੁੱਦੇ 'ਤੇ ਚਰਚਾ ਕਰਨ ਲਈ ਸਾਡੇ ਨਾਲ ਨੇ D5 ਦੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਗੱਲਬਾਤ ਕਰਦੇ ਹਾਂ ਢਿੱਲੋਂ ਸਾਹਿਬ ਇਹਦੇ ਬਾਰੇ ਕੀ ਕਹਿਣਾ ਜੀ ਹੁਸ਼ਿਆਰਪੁਰ ਦੀ ਵਧੀਕ ਸੈਸ਼ਨ ਜੱਜ ਦੀ ਅਦਾਲਤ ਦੇ ਵਿੱਚ ਨਾ ਵਧੀਕ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਦੂਰੇ ਸੰਵਿਧਾਨ ਦੇ ਮਾਮਲੇ ਵਿੱਚ ਸੋਸ਼ਲਿਸਟ ਪਾਰਟੀ ਦੇ ਮੁਖੀ ਬਲਵੰਤ ਸਿੰਘ ਖੇੜਾ ਨੇ ਇੱਕ 2009 ਚ ਕੇਸ ਦਾਇਰ ਕੀਤਾ ਸੀ ਕਿ ਅਕਾਲੀ ਦਲ ਜਦੋਂ ਚੋਣਾਂ ਲੜਦਾ ਵਿਧਾਨ ਸਭਾ ਦੀ ਤਾਂ ਇਹ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀ ਕਹਿੰਦੇ ਨੇ ਤੇ ਇਹੋ ਹੀ ਅਕਾਲੀ ਦਲ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਦਾ ਤਾਂ ਆਪਣੇ ਆਪ ਨੂੰ ਇਹ ਧਾਰਮਿਕ ਦਾ ਦਰਜਾ ਦਿੰਦੇ ਨੇ ਪਹਿਲਾਂ ਹਾਈ ਕੋਰਟ ਦੇ ਵਿੱਚੋਂ ਇਹਨਾਂ ਨੂੰ ਰਾਹਤਾਂ ਮਿਲੀ ਇਹਨਾਂ ਨੇ ਬਹੁਤ ਸਾਰੇ ਫੈਸਲੇ ਲਏ ਕਿ ਕਦੇ ਇਹ ਤਾਂ ਜੀ ਦਫਤਰ ਅਕਾਲੀਆਂ ਦਾ ਚੰਡੀਗੜ੍ਹ ਚ ਹੈ ਕਦੇ ਅੰਮ੍ਰਿਤਸਰ ਚ ਹੈ ਉਹ ਰਾਤ ਨਾ ਮਿਲੀ ਤੇ ਹਾਈ ਕੋਰਟ ਨੇ ਕਿਹਾ ਕਿ ਉੱਥੇ ਅਦਾਲਤ ਦੇ ਵਿੱਚ ਜਾ ਕੇ ਪੇਸ਼ ਹੋਵੋ ਹੁਣ ਇਹਨਾਂ ਨੇ ਇਹਨੂੰ ਚੁਣੌਤੀ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਅੱਜ ਇਹਦੀ ਸਰਵਾਈ ਸੀ ਮਾਨਯੋਗ ਜੱਜ ਐਸ ਅਬਦੁਲ ਨਜੀਰ ਤੇ ਵੀ ਸੁਬਰਾਮਣੀਅਮ ਦਾ ਇਹ ਡਿਵੀਜ਼ਨਲ ਬੈਂਚ ਸੀ ਇਹਦੇ ਵਿੱਚ ਸੀਨੀਅਰ ਵਕੀਲ ਆਰ ਐਸ ਚੀਮਾ ਕੇ ਵੀ ਵਿਸ਼ਵਨਾਥ ਸੰਦੀਪ ਕਪੂਰ ਤੇ ਖਿੜਾ ਸਾਹਿਬ ਵੱਲੋਂ 인드ਰਾ ਓਨੀਰ ਇਹ ਦੋ ਵਕੀਲ ਪੇਸ਼ ਹੋਏ ਉਥੇ ਚੀਮਾ ਸਾਹਿਬ ਨੇ ਤੇ ਹੋਰਾਂ ਨੇ ਕਿਹਾ ਕਿ ਧਾਰਮਿਕ ਚੋਣਾਂ ਤਰਨ ਵਕਤਾ ਤੇ ਸਿਧਾਂਤਾਂ ਦੇ ਉਲਟ ਨਹੀਂ ਸਿਆਸੀ ਪਾਰਟੀ ਗੁਰਦੁਆਰਾ ਕਮੇਟੀ ਦੀ ਚੋਣ ਲੜਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਧਰਮਨੁਪਰਖ ਨਹੀਂ ਹੈ ਇਸ ਲਈ ਪਾਰਟੀ ਵੱਲੋਂ ਭਾਰਤੀ ਚੋਣ ਕਮਿਸ਼ਨ ਤੇ ਗੁਰਦੁਆਰਾ ਚੋਣ ਕਮਿਸ਼ਨ ਕੋਲ ਸੰਵਿਧਾਨ ਦੇ ਮਾਮਲੇ ਵਿੱਚ ਦੈਰ ਝਾਲਸਾਜੀ ਦੇ ਧੋਖਾਧੜੀ ਦਾ ਦੋਸ਼ ਲਗਾਉਣਾ ਕਦੇ ਕੋਈ ਤੁਕ ਨਹੀਂ ਬੰਦਦਾ ਮਾਨਯੋਗ ਅਦਾਲਤ ਨੇ ਇਹਦੇ ਤੇ ਰੋਕ ਲਾਉਂਦਿਆ ਜਿਹੜੇ ਖੇੜਾ ਸਾਹਿਬ ਦੇ ਵਕੀਲ ਨੇ ਉਹਨਾਂ ਨੇ ਮਾਨਯੋਗ ਅਦਾਲਤ ਨੂੰ ਆਖਿਆ ਕਿ ਦਲੀਲਾਂ ਪੇਸ਼ ਕਰਨ ਦੀ ਆਗਿਆ ਦਿੱਤੀ ਜਾਵੇ ਉਹ ਵੀ ਆਪਣੀਆਂ ਦਲੀਲਾਂ ਪੇਸ਼ ਕਰਨਾ ਚਾਹੁੰਦੇ ਨੇ ਤਾਂ ਅਦਾਲਤ ਨੇ ਉਹਨਾਂ ਨੂੰ ਕਹਿਤਾ ਕਿ ਤੁਸੀਂ ਜਵਾਬ ਦਾਇਰ ਕਰੋ ਉਸ ਤੋਂ ਬਾਅਦ ਅਗਲੀ ਪੇਸ਼ੀ ਤੇ ਤੁਹਾਡੀਆਂ ਦਲੀਲਾਂ ਤੇ ਵੀ ਗੱਲਬਾਤ ਕਰ ਲਈ ਜਾਵੇਗੀ ਸੋ ਜਦੋਂ ਤੱਕ ਸੁਪਰੀਮ ਕੋਰਟ ਦੇ ਵਿੱਚੋਂ ਕੋਈ ਅਗਲਾ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਜਿਹੜਾ ਹੁਸ਼ਿਆਰਪੁਰ ਦੀ ਅਦਾਲਤ 'ਚ ਦੂਰੇ ਸੰਵਿਧਾਨ ਦਾ ਕੇਸ ਚੱਲਦਾ ਹੈ ਇਹ ਜਿਹੜਾ ਹੈਗਾ ਉਹਦੇ ਤੇ ਰੋਕ ਰਹੇਗੀ 2009 ਤੋਂ ਇਹ ਕੇਸ ਚੱਲਦਾ ਪਿਆ 13 ਸਾਲ ਹੋ ਗਏ ਨੇ ਅਜੇ ਤੱਕ ਫੇਰ ਸਾਨੂੰ ਉਹੀ ਜ਼ਿਆਦਾ ਆਵੇਗਾ ਇਸ ਅਦਾਲਤ ਵਿੱਚ ਬੰਦੇ ਰੁਕਮ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸਰਜੀਤ ਪੱਤਰ ਸਾਹਿਬ ਦੀਆਂ ਲੈਣਾ ਨੇ ਖੇੜਾ ਸਾਹਿਬ ਨੂੰ ਅਸੀਂ ਇੱਕ ਵਾਰੀ ਸੁਣਿਆ ਉਹ ਕਹਿੰਦੇ ਵੀ ਸਾਡਾ ਜਿਹੜੇ ਮਹਿੰਗੇ ਵਕੀਲ ਤੇ ਉਹਨਾਂ ਦੇ ਰਾਹੀਂ ਕੀਤਾ ਜਾ ਰਿਹਾ ਸੋ ਅੱਜ ਬਾਦਲ ਪਰਿਵਾਰ ਨੂੰ ਵੱਡੇ ਬਾਦਲ ਸਾਹਿਬ ਛੋਟੇ ਬਾਦਲ ਤੇ ਡਾਕਟਰ ਚੀਮਾ ਨੂੰ ਹਾਲ ਦੀ ਘੜੀ ਇਸ ਮਾਮਲੇ ਦੇ ਵਿੱਚ ਰਾਹਤ ਮਿਲੀ ਹੈ ਕਿਉਂਕਿ ਸਰਵਾਈ ਤੇ ਜਿਹੜੀ ਹੁਸ਼ਿਆਰਪੁਰ ਚ ਹੁੰਦੀ ਹੈ ਉਹ ਤੇ ਰੋਕ ਲੱਗ ਗਈ ਹੈ ਪਿਛਲੇ ਦਿਨਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਅਗਲੀਆਂ ਪੇਸ਼ੀਆਂ ਤੇ ਹੁਸ਼ਰਪੁਰ ਦੀ ਅਦਾਲਤ ਨੇ ਹੀ ਛੋਟ ਦੇ ਦਿੱਤੀ ਸੀ ਜੀ ਧੰਨਵਾਦ ਜੀ ਇਹ ਸਾਡੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਜਿਨ੍ਹਾਂ ਨੇ ਖਬਰ ਦੇ ਬੜੀ ਢੰਗਾਈ ਦੇ ਨਾਲ ਚਰਚਾ ਕੀਤੀ ਹੈ ਹੁਣ ਦੇਖਣਾ ਹੋਊਗਾ ਕਿ ਬਲਵੰਤ ਸਿੰਘ ਖੇੜਾ ਇਸ ਖਬਰ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ ਕਾਰਵਾਈ ਜਿਹੜੀ ਆ ਉਹ ਅੱਗੇ ਵਧਾਉਂਦੇ ਨੇ ਤੁਸੀਂ ਦੇਖ ਲਓ ਡੀ5 ਚੈਨਲ ਪੰਜਾਬੀ ਧੰਨਵਾਦ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 channel punjabi ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ